ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਜੋੜੂ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ। ਜੀ ਥੋੜਾ ਜਿਹਾ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਂ ਮੱਸੇ ਲੈ ਕੇ ਜੀ, ਦੋਨੇ ਬਾਈ ਸੂਈਆਂ ਵੀ ਆ, ਆਓ ਪੁੱਛ ਲੈਣੇ ਬਾਈ ਤੁਹਾਡੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ? ਵਧੀਆ, ਠੀਕ ਹੈ ਜੀ। ਵਧੀਆ, ਨਾਮ ਤੇ ਮੋਬਾਈਲ ਨੰਬਰ ਬੋਲਦੇ? ਨਾ ਗੋਰਾ ਸਿੰਘ ਜੀ, ਮੋਬਾਈਲ ਨੰਬਰ 98727-9691। 98727-9931, ਪਿੰਡ ਨੈਣੇਵਾਲ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ। ਬਾਈ ਬਾਈ ਜਿਹੜੀ ਇਹ ਬੈਠ ਦਿੰਦੇ ਸੂਣ ਵਾਲੀ ਸੂਈ ਵੀ ਆ? ਇਹ ਜੀ 3 ਮਹੀਨਿਆਂ ਦੀ ਸੂਈ ਆ, 1.5 ਮਹੀਨੇ ਦੀ ਬਣੀ ਵੀ ਆ। ਆਹ ਪਹਿਲਾਂ ਲਫਾਫਾ ਹੁਣ ਚੈੱਕ ਕਰਾ ਲਈ, ਅਗਲਾ ਮਹੀਨੇ ਨੂੰ ਆਦੀ ਫਿਰ ਕਰਾ ਲਈ। ਗੱਬਣਾ? ਹਾਂ ਗੱਬਣਾ, 100% ਆਪਾਂ ਗੱਬਣਾ, ਠੀਕ ਆ। ਬਾਕੀ ਆਪਦੀ ਅਗਲਾ ਮਹੀਨੇ ਨੂੰ ਫਿਰ ਚੈੱਕ ਕਰਾ ਲਈ, 1.5 ਮਹੀਨੇ ਦੀ ਆਪਾਂ ਨੂੰ ਕਹਿ ਕੇ ਦਿੱਤੀ ਅਗਲੇ ਨੇ। 12 ਕਿਲੋ ਦੁੱਧ ਆ ਦੇ ਥੱਲੇ, 12 ਕਿਲੋ ਦੁੱਧ। ਹਾਂ ਠੀਕ, ਠੰਡੀ ਸੀਲ ਆ ਕੋਈ? ਗੱਬਣਾ ਚੈੱਕ ਪਾਸ ਆ, ਕੰਫਰਮ ਆ? ਹਾਂ ਨਹੀਂ ਆਪਦੀ ਵੀ ਆਪਾਂ ਉਹ ਖਾਲੀ। ਕਿਵੇਂ ਖਾਲੀ? ਨਹੀਂ ਆਪਾਂ ਉਹ ਬਣੀ ਵੀ ਆ 1.5 ਮਹੀਨੇ ਦੀ, ਠੀਕ ਆ। ਵੀ ਮਹੀਨੇ ਨੂੰ ਕਲੀਅਰ ਹੋ ਜਾਵਾਂ, ਮਹੀਨੇ ਨੂੰ ਕਲੀਅਰ ਹੋ ਜਾਓ। ਹਾਂ 2.5 ਮਹੀਨਿਆਂ ਦੀ ਹੁਣ ਕਲੀਅਰ ਹੈ ਕਿ ਨਹੀਂ? ਯਾਰ ਗੱਲ ਨਹੀਂ ਸਮਝਿਆ ਵੀ ਉਹ ਕਹਿੰਦਾ ਵੀ 80% ਗਾਂ ਉਹ ਆ, ਠੀਕ ਆ। ਗੱਬਣਾ? ਗੱਬਣਾ ਗੱਬਣ ਵਾਲੇ ਪਾਸੇ ਜਾਂਦੀ ਆ, ਗੱਬਣ ਵਾਲੇ ਪਾਸੇ ਜਾਂਦੀ ਆ, ਠੀਕ ਆ। ਬਾਈ ਖੋਲ ਦੋ ਬਾਈ, ਤੁਰ ਕੇ ਦਿਖਾ। ਦੁੱਧ ਕਿੰਨਾ ਹੁਣ? 12 ਲੀਟਰ। 12 ਲੀਟਰ ਦੁੱਧ ਆ ਬਾਈ। ਹਾਂ ਤੇ ਕੱਦ ਵਿੱਢ ਚੰਗਾ, ਰੰਗ ਰੂਪ ਚੰਗਾ, ਫੇਸ ਬੜਾ ਚੰਗਾ, ਪ੍ਰਿੰਟ ਪ੍ਰੁੰਟ ਚੰਗਾ, ਤੋਰਾ ਤਾਰਾ ਕਰਮ ਵਾਲੀ ਦਾ ਚੰਗਾ ਗਾ ਬਾਈ। ਦੁੱਧ ਵੀ ਚੰਗਾ, ਥਾਲੇ ਬਾਅਦ ਚੰਗਾ। ਚਵਾਈ ਕਿਵੇਂ ਆ? ਚਵਾਈ ਪੂਰੀ ਵਧੀਆ ਜੀ, 1 ਨੰਬਰ। 1 ਨੰਬਰ ਤੇ ਮੁੱਲ ਕੀ ਆ ਜਾਇਜ਼ ਜਾਂ ਫਿਰ? ਬਸ ਜਾਇਜ਼ ਜਾਂ ਮੁੱਲ ਦਾ ਜੀ 43,000 ਰੁਪਇਆ। ਮਾਨਤਾਨ ਹੋ ਜਾਓ? ਹਾਂ ਮਾਨਤਾਨ। 43,000 ਰੁਪਇਆ ਮੁੱਲ ਆ ਬਾਈ, ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਓ। ਆਰਡਰ ਬੜਾ ਕਮਾਲ ਦਾ, ਮੁੱਠੀ ਵਾਲਾ ਥਣ, ਕੱਲਾ ਕੱਲਾ ਥਣ, ਨਾੜਾ ਨੂੜਾ ਲੇਵੇ ਤੇ ਫੁੱਲ ਆ, ਹਨਾ? ਲੈ ਕੇ ਆ ਬਾਤ ਆ ਬਈ। ਠੰਡੀ ਠੰਡੀ ਕਿਵੇਂ ਆ? ਠੰਡੀ ਪੂਰੀ ਆ ਜੀ, ਠੀਕ ਆ। ਜਿਵੇਂ ਮਰਜ਼ੀ ਹੱਥ ਲਾਈ ਚੱਲ, ਜਿਵੇਂ ਮਰਜ਼ੀ ਬੈਠਾ ਰਹੇ। ਚਵਾਈ ਦੇਖੋ, ਚਵਾਈ ਬੜੀ ਚੰਗੀ ਆ, ਹਨਾ? ਕਹਿੰਦੀ ਗਰਮ ਵਾਲੀ ਕੁਛ ਨੀ, ਜਿਵੇਂ ਮਰਜ਼ੀ ਧਾਰਾ ਮਰੀ ਚੱਲ, ਕੋਈ ਚੱਕ ਨੀ ਲੈ, ਹਿੱਲਣਾ ਤਾਂ ਹੈ ਹੀ ਨੀ, ਹਨਾ? ਕਿਆ ਬਾਤ ਆ, ਮੈਂ ਕਹਿੰਦਾ ਨਗੀਨਾ ਹੀ ਆ ਬਈ। ਗੱਬਣਾ ਚੈੱਕ ਪਾਸ ਆ, ਵੈਸੇ ਤਾਂ ਬਾਈ ਕਹਿੰਦਾ ਗੱਬਣੀ ਆ, 80% ਗੱਬਣੀ ਆ, ਅਗਲਾ ਮਹੀਨੇ ਬਾਅਦ ਦੁਬਾਰੇ ਕਰਾ ਲੇ। ਬਹੁਤ ਠੀਕ ਆ ਬਈ। 2 ਨੰਬਰ ਤੇ ਕਿਹੜਾ ਸੂਆ? ਇਹ ਦੂਜਾ ਸੂਆ ਜੀ, ਇਹਨੂੰ 1.5 ਮਹੀਨਾ ਸੂਈ ਨੂੰ ਹੋ ਗਿਆ, 1.5 ਮਹੀਨਾ ਸੂਈ ਨੂੰ ਹੋ ਗਿਆ। ਹਾਂ 42 ਦਿਨ ਹੋ ਗਏ, 40-42 ਦਿਨ। ਬੱਚਾ ਬੱਚਾ ਹਨਾ? ਬੱਚਾ ਜੀ, ਹਾਂਜੀ। ਦੁੱਧ ਕਿੰਨਾ ਹੋ? ਦੁੱਧ ਦੇ ਥੱਲੇ 15 ਲੀਟਰ ਜੀ। ਨੈਟ ਤਿਆਰ? ਨੈਟ ਤਿਆਰ ਆ ਜੀ, ਠੰਡੀ ਸੀਲ ਆ ਪੂਰੀ, ਕੋਈ ਬਾਤ ਨਹੀਂ। ਜਿਵੇਂ ਮਰਜ਼ੀ ਹੱਥ ਲਾਈ ਚੱਲ, ਕਹਿੰਦੀ ਕਰਮ ਵਾਲੀ ਕੁਛ ਨੀ, ਥਣ ਬੜਾ ਚੰਗਾ ਲੱਗਿਆ, ਮੁੱਠੀ ਵਾਲਾ ਥਣ, ਕੱਲਾ ਕੱਲਾ ਥਣ, ਲੈ ਕੇ ਆ ਬਾਤ ਆ। ਥਣ ਬਹੁਤ ਚੰਗਾ ਹਨਾ? ਹਾਂ। ਚਵਾਈ ਚੁਈ ਕਿਵੇਂ? ਚਵਾਈ ਇਹਦੀ ਮੈਂ ਪਤਾ ਨਾ ਮਾਰਨ ਦੇ, ਕੋਈ ਨਾਣਾ ਨਹੀਂ ਪਾਇਆ, ਕੋਈ ਬੱਚਾ ਨਹੀਂ ਲਾਇਆ, ਜਿਵੇਂ ਮਰਜ਼ੀ ਪੈ ਜਾ, ਕਹਿੰਦੀ ਕਰਮ ਵਾਲੀ ਕੁਛ ਨੀ, ਹਨਾ ਬਈ? ਕਿਆ ਬਾਤ ਆ, ਲੈ ਚੋਣ ਬੜਾ ਚੰਗਾ ਯਾਰ, ਕਿਆ ਬਾਤ ਆ। ਚਵਾਈ ਚੁਈ ਬਈ ਨੰਬਰ 1, ਲੈ ਜਿਵੇਂ ਮਰਜ਼ੀ ਚੁਈ ਚੱਲ, ਕਹਿੰਦੀ ਕਰਮ ਵਾਲੀ ਕੁਛ ਨੀ, ਬਾਤ ਨਹੀਂ। ਸਹੀ ਗੱਲ ਆ, ਮੋਟੀ ਮੋਟੀ ਧਾਰ ਆ ਬਈ, ਗੱਲੇ ਮੋਟੀ ਆ, ਇਧਰ ਦੀ ਸਾਈਡ ਤੋਂ ਦਿਖਾ ਕੇ ਦਿਖਾ ਦਿਆ ਯਾਰ, ਹਿੱਲਣਾ ਤਾਂ ਗਰਮ ਵਾਲੀ ਰਹੀ ਨਹੀਂ। ਲੈ ਜੀ ਕਰਦਾ ਚੁਈ ਜਾ, ਹੈ ਚਵਾਈ ਚੁਈ ਪੂਰੀ ਚੰਗੀ, ਨਾੜਾ ਨੂੜਾ ਦੇਖੋ ਬਈ ਲੇਵੇ ਤੇ, ਕਿਆ ਬਾਤ ਆ। 16 ਲੀਟਰ ਦੁੱਧ ਆਪਾਂ 15 ਕੀ ਦੇਵਾਂਗੇ? 16 ਲੀਟਰ ਦੁੱਧ ਆ, 15 ਲੀਟਰ ਮੰਨ ਕੇ ਬਾਈ ਕਹਿੰਦਾ ਆ ਜਾਓ ਬਾਈ। ਫੁੱਲ ਕਰਦਾ ਸਮੇਂ ਪੜੀ ਆ, ਉੱਤੋਂ ਪੱਧਰ ਪੁੱਧਰ ਤੇ ਬੱਚਾ ਮਗਰ ਬੱਚਾ, 40 ਕੁ ਦਿਨ ਹੋ ਗਏ ਬਾਈ ਕਹਿੰਦਾ ਸੂਈ ਨੂੰ, ਹਨਾ? ਹਾਂਜੀ 40-42 ਦਿਨ ਹੋ ਗਏ, ਠੀਕ ਆ ਬਾਈ। ਦੂਜਾ ਸੂਆ ਗਾ ਤੇ ਮੁੱਲ ਕੀ ਆ ਜਾਇਜ਼ ਜਾ ਫਿਰ? ਜਾਇਜ਼ ਜਾ ਮੁੱਲ ਦਾ ਜੀ 45,000 ਰੁਪਇਆ। ਮਾਨਤਾਨ ਹੋ ਜੀ? ਹਾਂ ਮਾਨਤਾਨ, ਠੀਕ ਆ। 45,000 ਰੁਪਇਆ ਮੁੱਲ ਆ ਵੀਰੇ, ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ। ਚੰਗੀ ਆ ਬੜ, ਸੁਨੱਖੀ ਆ, ਰਾਜੀ ਰੂਜੀ ਚੰਗੀ ਆ, ਤੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ। ਧੰਨਵਾਦ ਵੀਰੇ।